ਪੰਜਾਬ ਪੁਲਿਸ ਭਾਵੇਂ ਜਿੰਨੀ ਵੀ ਦਲੇਰੀ ਵਾਸਤੇ ਜਾਣੀ ਜਾਂਦੀ ਹੋਵੇ ਪਰ ਲੀਡਰਾਂ ਦੇ ਅੱਗੇ ਇਸ ਦੀ ਬੋਲਤੀ ਬੰਦ ਹੋ ਜਾਂਦੀ ਹੈ। ਅੱਜ ਜਲੰਧਰ ਦੇ ਭਾਰਗਵ ਕੈਂਪ ਥਾਣੇ ਦੇ ਬਾਹਰ ਜੋ ਹੋਇਆ ਉਹ ਇਸ ਗੱਲ ਦਾ ਸਬੂਤ ਹੈ ਕਿ ਪੁਲਿਸ ਦੇ ਉੱਤੇ ਲੀਡਰ ਕਿਸ ਤਰੀਕੇ ਨਾਲ ਹਾਵੀ ਹੁੰਦੇ ਨੇ। ਜਲੰਧਰ ਪੁਲਿਸ ਨੇ ਇੱਕ ਕਾਂਗਰਸੀ ਮਹਿਲਾ ਕੌਂਸਲਰ ਦੇ ਖਿਲਾਫ ਅੱਜ ਮੁਕੱਦਮਾ ਦਰਜ ਕੀਤਾ ਸੀ। ਸੁਰਿੰਦਰ ਕੌਰ ਨਾਮ ਦੀ ਇਸ ਮਹਿਲਾ ਕੌਂਸਲਰ ਦੇ ਉੱਤੇ ਇੱਕ ਮਹਿਲਾ ਪੱਤਰਕਾਰ ਨੇ ਇਲਜ਼ਾਮ ਲਾਇਆ ਸੀ ਕਿ ਉਸਨੇ ਉਸਦਾ ਕੈਮਰਾ ਖੁਆਇਆ ਤੇ ਬਦਸਲੂਕੀ ਕੀਤੀ। ਦਰਅਸਲ ਜਲੰਧਰ ਖਬਰਨਾਮਾ ਦੀ ਟੀਮ ਵਾਰਡ ਵਾਈਜ਼ ਕਵਰੇਜ ਕਰਨ ਇਸ ਮਹਿਲਾ ਕੌਂਸਲਰ ਦੇ ਵਾਰਡ ਚ ਪਹੁੰਚੀ ਸੀ। ਉੱਥੇ ਲੋਕਾਂ ਨੇ ਵਾਰਡ ਦੇ ਵਿਚ ਮਹਿਲਾ ਕੌਂਸਲਰ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮਹਿਲਾ ਪੱਤਰਕਾਰ ਨੇ ਜਦੋਂ ਇਸ ਮਹਿਲਾ ਕੌਂਸਲਰ ਨੂੰ ਫੋਨ ਕਰਕੇ ਮਿਲਣ ਦਾ ਸਮੇਂ ਲਿੱਤਾ ਤੇ ਇਨ੍ਹਾਂ ਨੇ ਉਨ੍ਹਾਂ ਨੂੰ ਬੁਲਾ ਲਿਆ। ਮਹਿਲਾ ਪੱਤਰਕਾਰ ਦੀ ਮੰਨੀਏ ਜਦ ਉਹ ਮੌਕੇ ਦੇ ਉੱਤੇ ਮਹਿਲਾ ਕੌਂਸਲਰ ਦੇ ਘਰ ਪਹੁੰਚੇ ਤੇ ਉਨ੍ਹਾਂ ਨੇ ਕੁਝ ਗੁੰਡੇ ਲੋਕਾਂ ਨੂੰ ਬੁਲਾ ਲਿਆ। ਮਹਿਲਾ ਪੱਤਰਕਾਰ ਨੇ ਇਲਜ਼ਾਮ ਲਗਾਇਆ ਕਿ ਇਸੇ ਕੌਂਸਲਰ ਦੀ ਸ਼ਹਿ ਦੇ ਉੱਤੇ ਆਏ ਕੁਝ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਬੋਲ ਦਿੱਤਾ। ਪੱਤਰਕਾਰਾਂ ਦੀ ਟੀਮ ਕੋਲੋਂ ਕੈਮਰਾ ਵੀ ਖੋ ਲਿਆ। ਆਖਿਰਕਾਰ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਤਾਂ ਪੁਲਿਸ ਨੂੰ ਮਜਬੂਰਨ ਮਹਿਲਾ ਕੌਂਸਲਰ ਸੁਰਿੰਦਰ ਕੌਰ ਦੇ ਖਿਲਾਫ਼ ਸਨੇਚਿੰਗ ਦਾ ਮੁਕੱਦਮਾ ਦਰਜ ਕਰਨਾ ਪਿਆ। ਪਰ ਹੈਰਾਨੀ ਦੀ ਗੱਲ ਤਾਂ ਉਸ ਵੇਲੇ ਹੋਈ ਜਦੋਂ ਪਰਚਾ ਦਰਜ ਹੋਣ ਤੋਂ ਬਾਅਦ ਵੀ ਸੁਰਿੰਦਰ ਕੌਰ ਖੁਦ ਥਾਣੇ ਆ ਗਈ। ਸੁਰਿੰਦਰ ਕੌਰ ਜਿਸ ਤਰੀਕੇ ਨਾਲ ਥਾਣੇ ਆਈ ਉਸੇ ਤਰੀਕੇ ਬੜੇ ਆਰਾਮ ਨਾਲ ਥਾਣੇ ਚਲੀ ਵੀ ਗਈ। SHO ਜੀਵਨ ਸਿੰਘ ਜਦੋਂ ਉਸ ਨੂੰ ਗ੍ਰਿਫ਼ਤਾਰ ਕਰਨ ਸੜਕ ਦੇ ਉੱਤੇ ਆਏ ਤਾਂ ਤੁਸੀਂ ਆਪ ਹੀ ਦੇਖੋ ਸੁਰਿੰਦਰ ਕੌਰ ਨੇ ਸ਼ਰੇਆਮ ਕੀ ਕਿਹਾ ਤੇ ਕਿਸ ਤਰੀਕੇ ਨਾਲ ਸ਼ਰੇਆਮ ਵਾਪਸ ਚਲੀ ਗਈ। ਹਾਂਜੀ 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 ਹਾ